ਇਹ ਲੋ ਫ੍ਰਿਕਸ਼ਨ ਚੱਕਰੀ ਬਣਾਉਣ ਲਈ ਤੁਹਾਨੂੰ ਇੱਕ ਕਨਕੇਵ ਸ਼ੀਸ਼ਾ, ਕੁਝ ਸਟੀਲ ਬਾਲਸ, ਇੱਕ ਪਾਈਪ ਅਤੇ ਗੋਂਦ ਦੀ ਲੋੜ ਪਊਗੀ। ਦੋ ਸਟੀਲ ਬਾਲ ਨੂੰ ਗੋਂਦ ਦੇ ਨਾਲ ਚਿਪਕਾ ਲਓ ਅਤੇ ਗੋਂਦ ਨੂੰ ਸੁੱਕਣ ਦਿਓ। ਹੁਣ ਉਸ ਨੂੰ ਕਨਕੇਵ ਸ਼ੀਸ਼ੇ 'ਤੇ ਰੱਖ ਕੇ ਘੁਮਾਓ, ਕਿਉਂਕਿ ਸ਼ੀਸ਼ੇ ਅਤੇ ਸਟੀਲ ਬਾਲ ਦੇ ਵਿੱਚ ਬਹੁਤ ਘੱਟ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਹੈ, ਇਸ ਕਰਕੇ ਇਹ ਸਟੀਲ ਬਾਲਸ ਬਹੁਤ ਦੇਰ ਤੱਕ ਘੁੰਮਦੀ ਰਹੇਗੀ। ਇੱਕ ਵਾਰ ਫਿਰ ਤੋਂ ਬਾਲਸ ਨੂੰ ਘੁਮਾਓ ਅਤੇ ਉਸ ਨੂੰ ਪਾਈਪ ਦੇ ਨਾਲ ਫੂਕ ਮਾਰਦੇ ਰਹੋ। ਇਸ ਦੇ ਕਰਕੇ ਬਾਲਸ ਬਹੁਤ ਦੇਰ ਤੱਕ ਸ਼ੀਸ਼ੇ ਉੱਤੇ ਘੁੰਮਦੀ ਰਹੇਗੀ। ਹੋਰ ਵਧੀਆ ਨਜ਼ਾਰੇ ਲਈ ਤੁਸੀਂ ਲੇਜ਼ਰਸ ਨੂੰ ਬਾਲ ਦੇ ਉੱਤੇ ਮਾਰ ਕੇ ਵੇਖੋ, ਬਹੁਤ ਹੀ ਵਧੀਆ ਨਜ਼ਾਰਾ ਆਊਗਾ। ਹੁਣ ਤੁਸੀਂ ਦੋ ਦੀ ਥਾਂ 'ਤੇ ਚਾਰ ਬਾਲਸ ਲੈ ਕੇ ਵੀ ਟੈਟਰਾਹੈਡਰਨ ਸ਼ੇਪ ਬਣਾ ਸਕਦੇ ਹੋ। ਤੁਸੀਂ ਜਦੋਂ ਇਸ ਨੂੰ ਸ਼ੀਸ਼ੇ ਉੱਤੇ ਘੁਮਾਓਗੇ ਤਾਂ ਇਹ ਵੀ ਇੱਕ ਬਾਲ ਦੇ ਉੱਤੇ ਹੀ ਘੁੰਮੂਗਾ। ਤੁਸੀਂ ਇਸ ਦੇ ਉੱਤੇ ਵੀ ਲੇਜ਼ਰ ਮਾਰ ਕੇ ਦੇਖ ਸਕਦੇ ਹੋ। ਤੁਸੀਂ ਇਸ ਟੈਟਰਾਹੈਡਰਲ ਸਟੀਲ ਬਾਲ ਦੀ ਥਾਂ 'ਤੇ ਬੰਟਿਆਂ ਦੇ ਨਾਲ ਵੀ ਬਣਾ ਸਕਦੇ ਹੋ। ਇਹ ਬੰਟੇ ਵੀ ਬਹੁਤ ਵਧੀਆ ਤਰੀਕੇ ਨਾਲ ਘੁੰਮਣਗੇ। ਜੇ ਤੁਸੀਂ ਇਸ ਦੇ ਉੱਤੇ ਲੇਜ਼ਰ ਵੀ ਮਾਰੋਗੇ ਤਾਂ ਇਹ ਬੰਟੇ ਇੱਕ ਬਲਬ ਦੇ ਵਾਂਗੂ ਬਲਣਗੇ। ਇਹ ਬਹੁਤ ਹੀ ਵਧੀਆ ਨਜ਼ਾਰਾ ਹੈ।